ਯੁੱਧਵੀਰ ਮਾਣਕ ਜਦੋਂ ਆਪਣੇ ਕਰੀਅਰ ਦੀ ਬੁਲੰਦੀਆਂ ਵੱਲ ਵੱਧ ਰਹੇ ਸੀ ਤਾਂ ਅਚਾਨਕ ਹੀ ਉਹਨਾਂ ਨੂੰ ਮਾੜੇ ਵਕਤ ਨੇ ਆਉਣ ਕੇ ਰਿਹਾ ਜਿਸ ਦਾ ਤਸੀਹਾ ਉਹ ਹੁਣ ਤੱਕ ਚੱਲ ਰਹੇ ਹੈ ਤੇ ਕੁਝ ਸਮਾਂ ਪਹਿਲਾਂ ਯੁੱਧਵੀਰ ਦੀ ਪਤਨੀ ਜੈਸਮੀਨ ਨੇ ਵੀ ਉਹਨਾਂ ਤੋਂ ਤਲਾਕ ਲਈ ਮੋਹਾਲੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਦੋਸਤੋ, ਮੈਂ ਤੁਹਾਡਾ ਦੋਸਤ ਗਗਨਦੀਪ ਆਪ ਸਭ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਜਾਬੀ ਮੂਵੀਜ਼ ਅੱਡਾ 'ਚ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਯੁੱਧਵੀਰ ਮਾਣਕ ਦੇ ਬਾਰੇ ਕਿ ਕਿਵੇਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਖਿਰ ਉਹਨਾਂ ਦੇ ਨਾਲ ਇਹੋ ਜਿਹਾ ਕੀ ਹੋਇਆ ਜੋ ਸੁਪਰ ਡੁਪਰ ਹਿੱਟ ਗੀਤ ਦੇਣ ਵਾਲੇ ਇਸ ਗਾਇਕ ਨੂੰ ਘਰ ਬੈਠਣਾ ਪੈ ਗਿਆ। ਸੋ ਦੋਸਤੋ, ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਯੁੱਧਵੀਰ ਨੂੰ ਪਿਆਰ ਦੇਣ ਦੇ ਨਾਲ ਹੀ ਉਹਨਾਂ ਦੇ ਵੱਲੋਂ ਗਾਏ ਗੀਤ ਜੋ ਤੁਹਾਨੂੰ ਪਸੰਦ ਹੈ ਕਮੈਂਟ ਰਾਹੀਂ ਉਹ ਵੀ ਦੱਸਣਾ ਨਾ ਭੁੱਲਿਓ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਅਸੀਂ ਮਸ਼ਹੂਰ ਲੋਕਾਂ ਬਾਰੇ ਅਤੇ ਸਿਤਾਰਿਆਂ ਬਾਰੇ ਇੰਟਰਸਟਿੰਗ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਵੱਧਦੇ ਹਾਂ ਹੁਣ ਵੀਡੀਓ ਦੇ ਵੱਲ। ਯੁੱਧਵੀਰ ਦਾ ਜਨਮ ਲੁਧਿਆਣਾ ਦੇ ਥਰੀਕੇ ਪਿੰਡ 'ਚ 2 ਅਕਤੂਬਰ 1977 ਨੂੰ ਪਿਤਾ ਸ਼੍ਰੀ ਕੁਲਦੀਪ ਮਾਣਕ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਹੋਇਆ। ਯੁੱਧਵੀਰ ਦੀ ਇੱਕ ਛੋਟੀ ਭੈਣ ਵੀ ਨੇ ਜਿਨ੍ਹਾਂ ਦਾ ਨਾਮ ਹੈ ਸ਼ਕਤੀ ਮਾਣਕ, ਜੋ ਕਿ ਇਸ ਸਮੇਂ ਅਮਰੀਕਾ ਆਪਣੇ ਪਤੀ ਦੇ ਨਾਲ ਰਹਿ ਰਹੇ ਨੇ। ਯੁੱਧਵੀਰ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਲੁਧਿਆਣੇ ਤੋਂ ਪੜ੍ਹਾਈ ਕਰਨ ਮਗਰੋਂ ਉਹ ਆਸਟ੍ਰੇਲੀਆ ਚਲੇ ਗਏ, ਜਿੱਥੇ ਉਹਨਾਂ ਨੇ ਸਾਊਂਡ ਪ੍ਰੋਡਕਸ਼ਨ ਐਂਡ ਇੰਜੀਨੀਅਰਿੰਗ 'ਚ ਡਿਪਲੋਮਾ ਕੀਤਾ। ਯੁੱਧਵੀਰ ਦੇ ਗਾਇਕੀ ਦੇ ਸ਼ੌਂਕ ਅਤੇ ਕਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਯੁੱਧਵੀਰ ਦੇ ਪਿਤਾ ਤਾਂ ਪਹਿਲਾਂ ਤੋਂ ਇੱਕ ਮਹਾਨ ਗਾਇਕ ਸੀ, ਜਿਨ੍ਹਾਂ ਨੂੰ ਆਪਣੇ ਦੇਸ਼ ਦੇ ਨਾਲ ਨਾਲ ਹੀ ਹੋਰ ਮੁਲਕਾਂ ਦੇ ਲੋਕ ਵੀ ਬਹੁਤ ਪਿਆਰ ਕਰਦੇ ਰਹੇ ਨੇ। ਸੋ ਘਰ 'ਚ ਹੀ ਸੰਗੀਤਕ ਮਾਹੌਲ ਹੋਣ ਦੇ ਕਾਰਨ ਯੁੱਧਵੀਰ ਨੂੰ ਵੀ ਗਾਉਣ ਦਾ ਸ਼ੌਂਕ ਪਿਆ। ਯੁੱਧਵੀਰ ਨੇ ਮਿਊਜ਼ਿਕ ਦੀ ਸਿੱਖਿਆ ਆਪਣੇ ਪਿਤਾ ਤੋਂ ਹੀ ਲਈ ਅਤੇ ਸਕੂਲਾਂ 'ਚ ਹੋਣ ਵਾਲੇ ਫੰਕਸ਼ਨਸ ਅਤੇ ਹੋਰ ਇਵੈਂਟਸ 'ਚ ਵੀ ਹਿੱਸਾ ਲੈਂਦੇ ਰਹੇ। ਫਿਰ ਯੁੱਧਵੀਰ ਨੇ ਆਸਟ੍ਰੇਲੀਆ ਤੋਂ ਆਉਣ ਮਗਰੋਂ ਭੰਗੜਾ ਜੋਨਰ 'ਚ ਕਦਮ ਰੱਖਦਿਆਂ ਸਾਲ 2000 'ਚ ਆਪਣੀ ਪਹਿਲੀ ਐਲਬਮ ਟੀ ਸੀਰੀਜ਼ ਵੱਲੋਂ ਬਿੱਲੋ ਮੇਰਾ ਦਿਲ ਲੈ ਗਈ ਰਿਲੀਜ਼ ਕੀਤੀ। ਇਸ ਐਲਬਮ 'ਚੋਂ ਗੀਤ ਕਾਤਿਲ ਕੋਕਾ ਕਤਲ ਕਰਾ ਦੂ, ਕੱਢ ਲੈ ਘੁੰਡ ਫੁਲਕਾਰੀ ਦਾ ਬਹੁਤ ਹੀ ਮਕਬੂਲ ਹੋਇਆ। ਇਹ ਐਲਬਮ ਪੰਜਾਬ ਦੇ ਨਾਲ ਨਾਲ ਹੀ ਪੂਰੀ ਦੁਨੀਆ ਦੇ ਪੰਜਾਬੀਆਂ ਨੇ ਬਹੁਤ ਪਸੰਦ ਕੀਤੀ। ਇਸ ਐਲਬਮ ਤੋਂ ਬਾਅਦ ਯੁੱਧਵੀਰ ਨੇ ਸਾਲ 2002 'ਚ ਤਿੱਖੀ ਤੱਕਣੀ, ਸਾਲ 2004 'ਚ ਤੇਰਾ ਦਿਲ ਮੇਰਾ, 2006 'ਚ ਦਿਲ ਧੜਕੇ ਅਤੇ 2008 'ਚ ਗਰਾਊਂਡ ਸ਼ੇਕਰ 2 ਮਲਟੀ ਸਿੰਗਰ ਐਲਬਮ 'ਚ ਗਾਇਆ। ਯੁੱਧਵੀਰ ਦੀਆਂ ਸਾਰੀਆਂ ਐਲਬਮਸ ਨੂੰ ਦਰਸ਼ਕਾਂ ਨੇ ਕਾਫ਼ੀ ਪਿਆਰ ਦਿੱਤਾ। ਯੁੱਧਵੀਰ ਦੇ ਕੁਝ ਸੁਪਰਹਿੱਟ ਗੀਤਾਂ ਦੇ ਨਾਮ ਲਈਏ ਤਾਂ ਜੋਬਨ, ਤੈਨੂੰ ਤੱਕ ਤੱਕ ਦਿਲ ਧੜਕੇ, ਲੜਿਆ ਨਾ ਕਰ, ਆਪਣੇ ਬੇਗਾਨਿਆਂ ਦਾ ਉਦੋਂ ਪਤਾ ਲੱਗਦਾ, ਕਿੰਨੀ ਸੋਹਣੀ, ਹੁਕਮ, ਜਿਗਰੇ ਪੰਜਾਬੀਆਂ ਦੇ ਜੱਗ ਜਾਣਦਾ ਅਤੇ ਗੱਭਰੂ ਯੁੱਧਵੀਰ ਦੇ ਸੁਪਰਹਿੱਟ ਗੀਤਾਂ 'ਚੋਂ ਨੇ। ਜੇ ਕੋਈ ਗੀਤ ਰਹਿ ਗਿਆ ਹੋਵੇ ਤਾਂ ਦੋਸਤੋ ਕਮੈਂਟ ਰਾਹੀਂ ਜ਼ਰੂਰ ਦੱਸਿਓ। ਪਰ ਦੋਸਤੋ, ਜਦੋਂ ਯੁੱਧਵੀਰ ਆਪਣੇ ਕਰੀਅਰ ਦੀ ਉਚਾਈਆਂ ਵੱਲ ਵੱਧ ਰਹੀ ਸੀ, ਉਸੇ ਦੌਰਾਨ ਉਹਨਾਂ ਦੀ ਸਿਹਤ ਇੰਨੀ ਖਰਾਬ ਹੋਈ ਕਿ ਅੱਜ ਤੱਕ ਉਹ ਚੰਗੀ ਤਰ੍ਹਾਂ ਠੀਕ ਨਹੀਂ ਹੋਏ। ਉਹਨਾਂ ਦੀ ਸਿਹਤ ਨੂੰ ਲੈ ਕੇ ਲੋਕਾਂ ਦੇ ਵੱਲੋਂ ਬਹੁਤ ਗੱਲਾਂ ਕੀਤੀਆਂ ਗਈਆਂ ਕਿ ਇਹ ਸਭ ਨਸ਼ਿਆਂ ਦੇ ਕਾਰਨ ਹੋਇਆ। ਪਰ ਯੁੱਧਵੀਰ ਦੇ ਇੱਕ ਦੋਸਤ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ 'ਚ ਦੱਸਿਆ ਕਿ ਸਾਲ 2011 'ਚ ਯੁੱਧਵੀਰ ਨੂੰ ਪੀਲੀਆ ਹੋਇਆ, ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਪਰ ਯੁੱਧਵੀਰ ਨੂੰ ਅਟੈਕ ਹੋਇਆ ਜਿਸ 'ਚ ਉਹਨਾਂ ਦੇ ਹੱਥ ਪੈਰ ਮੁੜ ਗਏ, ਜਿਸ ਤੋਂ ਬਾਅਦ ਯੁੱਧਵੀਰ ਨੂੰ DMC ਹਸਪੀਟਲ ਲੁਧਿਆਣਾ ਲੈ ਕੇ ਜਾਇਆ ਗਿਆ, ਜਿੱਥੇ ਯੁੱਧਵੀਰ ਕੋਮਰ ਚਲੇ ਗਏ। ਯੁੱਧਵੀਰ ਮੁੜ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਜੋਗੇ ਤਾਂ ਹੋ ਗਏ, ਪਰ ਆਪਣੇ ਸੁੱਧ ਬੁੱਧ ਭੁਲਾ ਬੈਠੇ। ਉਸ ਦੌਰਾਨ ਉਹਨਾਂ ਦੇ ਪਿਤਾ ਕੁਲਦੀਪ ਮਾਣਕ ਨੂੰ ਬਹੁਤ ਵੱਡਾ ਧੱਕਾ ਲੱਗਾ ਅਤੇ ਯੁੱਧਵੀਰ ਬਾਰੇ ਲੋਕਾਂ ਦੀਆਂ ਅਫਵਾਹਾਂ ਤੋਂ ਵੀ ਦੁਖੀ ਰਹਿਣ ਲੱਗ ਗਏ, ਜਿਸ ਤੋਂ ਬਾਅਦ ਸਾਲ 2011 'ਚ ਹੀ 3 ਨਵੰਬਰ ਨੂੰ ਕੁਲਦੀਪ ਮਾਣਕ ਇਸ ਦੁਨੀਆ ਨੂੰ ਸਤਿ ਸ਼੍ਰੀ ਅਕਾਲ ਆਖ ਗਏ। ਕੁਲਦੀਪ ਮਾਣਕ ਦੀ ਮੌਤ ਪਿੱਛੋਂ ਘਰ ਦੀ ਹਾਲਤ ਕਾਫ਼ੀ ਖਰਾਬ ਹੋਈ, ਪਰ ਕਈ ਪੰਜਾਬੀ ਗਾਇਕਾਂ ਨੇ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਨੇ ਪਰਿਵਾਰ ਦੀ ਕਾਫ਼ੀ ਮਦਦ ਕੀਤੀ। ਦੋਸਤੋ, ਯੁੱਧਵੀਰ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ 17 ਫਰਵਰੀ 2006 ਨੂੰ ਉਹਨਾਂ ਦਾ ਵਿਆਹ ਜੈਸਮੀਨ ਕੌਰ ਦੇ ਨਾਲ ਹੋਇਆ ਅਤੇ ਸਾਲ 2008 'ਚ ਇਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਹੈ ਪਵੀ ਮਾਣਕ। ਪਰ ਕੁਝ ਸਮਾਂ ਪਹਿਲਾਂ ਉਹਨਾਂ ਦੀ ਪਤਨੀ ਦੇ ਵੱਲੋਂ ਤਲਾਕ ਲਈ ਮੋਹਾਲੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਅਤੇ ਦੂਜੇ ਪਾਸੇ ਯੁੱਧਵੀਰ ਦੀ ਮਾਤਾ ਸਰਬਜੀਤ ਕੌਰ ਨੇ ਵੀ ਦੋਨਾਂ ਦੇ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਉਹਨਾਂ ਦਾ ਕਹਿਣਾ ਸੀ ਕਿ ਸਾਲ 2011 ਤੋਂ ਯੁੱਧਵੀਰ ਦੇ ਬਿਮਾਰ ਹੋਣ ਤੋਂ ਬਾਅਦ ਤੋਂ ਹੀ ਉਹ ਇਕੱਲੇ ਯੁੱਧਵੀਰ ਦੀ ਦੇਖਭਾਲ ਕਰ ਰਹੇ ਨੇ, ਜਿਸ ਕਰਕੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ। ਪਰ ਹਾਲ ਫਿਲਹਾਲ ਤਲਾਕ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਦੋਸਤੋ, ਕੁਲਦੀਪ ਮਾਣਕ ਸਾਹਿਬ ਨੂੰ ਅਤੇ ਯੁੱਧਵੀਰ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੀ ਦੁਆਵਾਂ ਨਾਲ ਯੁੱਧਵੀਰ ਦੀ ਸਿਹਤ 'ਚ ਦਿਨੋਂ ਦਿਨ ਸੁਧਾਰ ਹੋ ਰਿਹਾ ਹੈ ਅਤੇ ਉਹਨਾਂ ਨੂੰ ਆਏ ਦਿਨੀ ਕਿਸੇ ਨਾ ਕਿਸੇ ਪੰਜਾਬੀ ਗਾਇਕ ਨਾਲ ਸਟੇਜ 'ਤੇ ਦੇਖਿਆ ਜਾਂਦਾ ਹੈ, ਪਰ ਅਜੇ ਵੀ ਯੁੱਧਵੀਰ ਨੂੰ ਚੰਗੀ ਤਰ੍ਹਾਂ ਠੀਕ ਹੋਣ 'ਚ ਕੁਝ ਸਮਾਂ ਲੱਗੇਗਾ। ਦੋਸਤੋ, ਵਾਹਿਗੁਰੂ ਅੱਗੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਯੁੱਧਵੀਰ ਨੂੰ ਅਸੀਂ ਪੁਰਾਣੇ ਰੰਗ 'ਚ ਹੱਸਦੇ ਟੱਪਦੇ ਗਾਉਂਦੇ ਹੋਏ ਫਿਰ ਤੋਂ ਇੱਕ ਵਾਰ ਦੇਖ ਸਕੀਏ। ਦੋਸਤੋ, ਇਹ ਸੀ ਅੱਜ ਦੀ ਜਾਣਕਾਰੀ ਯੁੱਧਵੀਰ ਮਾਣਕ ਦੇ ਬਾਰੇ। ਉਮੀਦ ਕਰਦੇ ਹਾਂ ਕਿ ਚੰਗੀ ਲੱਗੀ ਹੋਣੀ ਹੈ। ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਵੇਂ ਦੀ ਲੱਗੀ ਇਹ ਵੀ ਜ਼ਰੂਰ ਦੱਸਿਓ ਅਤੇ ਨਾਲ ਹੀ ਯੁੱਧਵੀਰ ਦੀ ਚੰਗੀ ਸਿਹਤ ਲਈ ਵੀ ਕਮੈਂਟ ਕਰਨਾ ਨਾ ਭੁੱਲਿਓ। ਯੁੱਧਵੀਰ ਦੇ ਗਾਏ ਸਾਰੇ ਗੀਤ ਵੈਸੇ ਤਾਂ ਸੁਪਰਹਿੱਟ ਰਹੇ ਨੇ, ਤੁਹਾਡੇ ਫੇਵਰੇਟ ਕਿਹੜੇ ਨੇ ਕਮੈਂਟ ਰਾਹੀਂ ਜ਼ਰੂਰ ਸਾਂਝੇ ਕਰਿਓ। ਔਰ ਜੇ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ।
ਮਿਲਦੇ ਹਾਂ ਅਗਲੀ ਵੀਡੀਓ 'ਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ 'ਤੇ ਪ੍ਰੈਸ ਕਰੋ।